ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਅਧਿਆਪਕਾ ਪੰਜਾਬ ਪੁਲਿਸ ਅਤੇ ਇੱਕ MLA ਨੂੰ ਰੱਜ ਕੇ ਤਤਕਾਰਦੀ ਹੋਈ ਨਜ਼ਰ ਆਈ, ਕਿਉਂਕਿ ਪੁਲਿਸ ਵੱਲੋਂ ਇੱਕ ਮਹਿਲਾ ਅਧਿਆਪਕਾ ਨੂੰ ਉਸਦੀ ਗੁੱਤ ਤੋਂ ਫੜ ਕੇ ਘੜੀਸਿਆ ਗਿਆ ਸੀ, ਜਿਸ ਤੋਂ ਬਾਅਦ ਇਸ ਅਧਿਆਪਕਾ ਦੇ ਮਨ ਨੂੰ ਅਜਿਹੀ ਠੇਸ ਲੱਗੀ ਕਿ ਇਸ ਦੇ ਵਲਵਲੇ ਇਸ ਦੀ ਜ਼ੁਬਾਨ ਰਾਹੀਂ ਬਾਹਰ ਆ ਗਏ। ਬਾਕੀ ਦੀਆਂ ਗੱਲਾਂ ਬਾਅਦ ਦੇ ਵਿੱਚ ਕਰਦਿਆਂ ਪਹਿਲਾਂ ਸੁਣਦਿਆਂ ਇਸ ਅਧਿਆਪਕਾ ਨੇ ਕੀ ਕੁਝ ਕਿਹਾ। ਸਾਡਾ ਏਕਾ ਜ਼ਿੰਦਾਬਾਦ, 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 ਸਾਡਾ ਏਕਾ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਇੱਥੇ ਇਕੱਤਰ ਹੋਏ ਸਾਰੇ ਸਾਥੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਵੱਖ ਵੱਖ ਯੂਨੀਅਨਾਂ ਦੇ, ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਵੀ ਉਹ ਸਪੋਰਟ ਕਰਨ ਦੇ ਲਈ ਅੱਗੇ ਆਏ ਨੇ, ਤੇ ਜਿਹੜੇ ਨਹੀਂ ਆ ਸਕੇ ਕਿਸੇ ਕਾਰਨ ਉਹ ਵੀ ਅੱਗੇ ਤੋਂ ਵੱਧ ਚੜ ਕੇ ਗਿਣਤੀ ਦੇ ਵਿੱਚ ਆਉਣ, ਕਿਉਂਕਿ ਆਪਾਂ ਆਮ ਲੋਕ ਆ ਔਰ ਆਮ ਲੋਕਾਂ ਨੇ ਹੀ ਆਮ ਲੋਕਾਂ ਦਾ ਸਾਥ ਦੇਣਾ ਹੁੰਦਾ। ਮੰਨਦੇ ਹੋ ਨਾ ਸਰ, ਜਿਹੜੇ ਵਿਚਾਰੇ ਵੱਡੇ ਵੱਡੇ ਢਿੱਡਾਂ ਵਰਗੇ ਜਿਹੜੇ ਸਾਰੇ ਪੰਜਾਬ ਨੂੰ ਖਾ ਗਏ, ਉਹ ਆ ਬੈਠੇ ਆ ਤੁਸੀਂ। ਸਾਡੇ ਵਾਲੇ ਵਾਲੇ ਕੋਈ ਘੇਰਾ ਨੀ, ਇੱਥੇ ਦੇਖ ਲਓ, ਇਹਨਾਂ ਨੂੰ ਸਿਕਿਉਰਿਟੀ ਦੀ ਲੋੜ ਆ, ਸਾਨੂੰ ਕੋਈ ਸਿਕਿਉਰਿਟੀ ਦੀ ਲੋੜ ਨੀ, ਸਾਡੀ ਲਾਈਫ ਦੀ ਕੋਈ ਵੈਲਿਊ ਨੀ। Whenever you go to Canada, America, you have a value. But in India, corruption di value. Jeda jinna vadda corrupt, odi unni security. Gin leo. Aaj diesel petrol 90 rupaye, 70 rupaye to upar aa. Kide layi? Aam lokan layi. Aur inna diyan gaddiyan de MLA vi, jehde ne oh tankiyan full kara ke bhaj jande ne, ਉਹ ਸੀਸੀਟੀਵੀ ਦੇ ਵਿੱਚ ਚੱਲਦੀ ਹੈ ਵੀਡੀਓ, ਕੋਈ ਨੀ ਫੜਦਾ ਉਹਨਾਂ ਨੂੰ, ਪੁਲਿਸ ਵੀ ਨੀ ਫੜਦੀ ਖੜੀ ਕੋਲੇ। ਉਹ ਜਿੰਨਾ ਮਰਜ਼ੀ ਚਾਹੇ ਕੋਈ ਕਿਸੇ ਨਾਲ ਗਲਤ ਕਰ ਜਾਵੇ, ਚਾਹੇ ਮਾਨਸਿਕ ਤੌਰ ਤੇ ਚਾਹੇ ਸਰੀਰਕ ਤੌਰ ਤੇ, ਉਹਨੂੰ ਕੋਈ ਨੀ ਫੜਦਾ। ਅਸੀਂ ਕੀ ਆ ਕੇ ਇੱਥੋਂ ਤੋਂ ਆ ਕੇ ਇੱਥੇ ਤੱਕ ਆਪਣੀ ਗੱਲ ਕਹਿਣ ਆਇਆ, ਸਾਡੀਆਂ ਭੈਣਾਂ ਦੀਆਂ ਗੁੱਤਾਂ ਫੜਦੇ ਨੇ। ਸ਼ੇਮ ਸ਼ੇਮ ਸ਼ੇਮ। ਔਰ ਜਿਹਨੇ ਫੜੀ ਆ ਫਿੱਟੇ ਮੂੰਹ ਆ ਉਹਦੇ, ਉਹਨੇ ਮੈਨੂੰ ਨੀ ਲੱਗਦਾ ਵੀ ਕਦੇ ਆਪਣੀ ਮਾਂ ਦੀ ਜਾਂ ਭੈਣ ਦੀ ਕਦੇ ਰਿਸਪੈਕਟ ਕੀਤੀ ਹੋ, ਕਿਉਂਕਿ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਜਿਹੜਾ ਜ਼ਮੀਰ ਜਿਉਂਦਾ ਉਹ ਸਾਨੂੰ ਇਹੀ ਸਿਖਾਉਂਦਾ ਕਿ ਚਾਹੇ ਭੈਣ ਮੇਰੀ ਆ ਤੇ ਚਾਹੇ ਕਿਸੇ ਬਗਾਨੇ ਦੀ ਆ, ਚਾਹੇ ਮਾਂ ਮੇਰੀ ਆ ਚਾਹੇ ਕਿਸੇ ਬਗਾਨੇ ਦੀ ਆ, ਉਹਦੀ ਰੱਖਿਆ ਕਰਨੀ ਆ। ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਕੁਰਬਾਨ ਕਰਤੇ, ਕਿਹਦੇ ਲਈ? ਸਾਡੇ ਲਈ। ਇਹ ਵੀ ਪੱਗ ਸਾਨੂੰ ਇਸ ਲਈ ਨਹੀਂ ਦਿੱਤੀ ਵੀ ਅਸੀਂ ਵਰਦੀਆਂ ਪਾ ਕੇ ਖੜੇ ਹਾਂ ਤੇ ਫਿਰ ਅਸੀਂ ਉਹਨਾਂ ਲੋਕਾਂ ਦੇ ਲਈ ਲੜ ਰਹੇ ਹਾਂ ਜਿਹੜੇ ਕਿ ਸਾਨੂੰ ਪਤਾ ਬਿਲਕੁਲ ਜ਼ੀਰੋ ਨੇ। ਕਮ ਸੇ ਕਮ ਇੰਨਾ ਤਾਂ ਕਰ ਸਕਦੇ ਆ ਨਾ ਵੀ ਜਿਹੜੇ ਸਹੀ ਲਈ ਲੜ ਰਹੇ ਆ ਉਹਨਾਂ ਨੂੰ ਕਹੋ ਵੀ ਭਾਈ ਆ ਜਾਓ, ਤੁਸੀਂ ਰੋਕਣਾ ਰੋਕੋ ਇੱਕ ਤਰੀਕੇ ਨਾਲ ਰੋਕੋ। ਅਸੀਂ ਪੜ੍ਹਾਉਂਦੇ ਹਾਂ ਬੱਚਿਆਂ ਨੂੰ, ਅਸੀਂ ਕਦੇ ਉਹਨਾਂ ਦੇ ਬਾਲ ਨੀ ਪੁੱਟੇ, ਅਸੀਂ ਉਹਨਾਂ ਨੂੰ ਸਹੀ ਰਾਹ ਤੇ ਲੈ ਕੇ ਜਾਣਾ ਹੁੰਦਾ। ਸਾਡੇ ਨਾ ਕੱਦ ਦੇ ਵਿੱਚ ਲੰਬੇ ਹੁੰਦੇ ਨੇ, ਪਰ ਸਮਝਾਉਣ ਦਾ ਰੋਸ ਦਿਖਾਉਣ ਦਾ ਇੱਕ ਤਰੀਕਾ ਹੁੰਦਾ, ਇੱਕ ਸਲੀਕਾ ਹੁੰਦਾ। ਜੇ 12-12 ਸਾਲ ਤੁਹਾਨੂੰ ਨੌਕਰੀਆਂ ਕਰਦੇ ਨੂੰ ਹੋ ਗਏ ਤਾਂ ਸਾਨੂੰ ਵੀ ਹੋ ਗਏ, ਸਾਡੇ ਤੋਂ ਵੱਡੇ ਵੱਡੇ ਜਿਹਨਾਂ 70-70 ਸਾਲ ਦਾ ਜਿਹਨਾਂ ਕੋਲ ਤਜਰਬਾ, ਉਹਨਾਂ ਕੋਲ ਵੀ ਸਲੀਕਾ, ਉਹ ਵੀ ਸਾਨੂੰ ਦੱਸਦੇ ਨੇ, ਉਹ ਮੰਨਦੇ ਨੇ ਵੀ ਸਾਡਾ ਖੂਨ ਗਰਮ ਆ, ਅਸੀਂ ਨਵੇਂ ਆ, ਪਰ ਅਸੀਂ ਵੀ ਤਾਂ ਇਹ ਚੀਜ਼ ਉਹਨਾਂ ਤੋਂ ਸਿੱਖੀ ਆ ਕਿ ਇਹਨਾਂ ਨੂੰ ਕਿਸੇ ਨੇ ਸਲੀਕਾ ਨੀ ਸਿਖਾਇਆ, ਸਭ ਕੁਛ ਸਿੱਖਿਆ ਹੁੰਦਾ, ਸਾਰਾ ਕੁਛ ਅਸੀਂ ਸਮਾਜ ਦੇ ਵਿੱਚੋਂ ਲੈਂਦੇ ਹਾਂ।
ਬਟ ਸਾਨੂੰ ਇੱਕ ਗੱਲ ਨੂੰ ਸਮਝਣਾ ਪਊਗਾ ਕਿ ਰਿਸਪੈਕਟ ਉਦੋਂ ਹੀ ਮਿਲਦੀ ਆ ਜਦੋਂ ਅਸੀਂ ਕਿਸੇ ਨੂੰ ਰਿਸਪੈਕਟ ਦਿੰਨੇ ਆ। ਅਸੀਂ ਸ਼ੁਰੂ ਤੋਂ ਪੜ੍ਹਦੇ ਆਏ ਆ ਜੀ ਕਹੋ ਜੀ ਕਹਾਓ। ਜੇ ਕਿਸੇ ਨੂੰ ਗਾਲ ਕੱਢੋਗੇ ਤਾਂ ਮੂਹਰੋਂ ਤਾਂ ਗਾਲ ਦੇ ਹੀ ਹਾਲ ਪੈਣੇ ਆ। ਦੂਜੀ ਗੱਲ ਇਹ ਕੰਨ ਖੋਲ ਕੇ ਸੁਣ ਲੈਣ ਜਿਹੜੇ MLA ਸਾਹਿਬ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਘੁੰਮਦੇ ਨੇ ਵਿਚਾਰਿਆਂ ਦੇ ਢਿੱਡ ਸਾਂਭੇ ਨਹੀਂ ਜਾਂਦੇ। ਫਿਰ ਦੋ ਚਾਰ ਸਿਕਿਉਰਿਟੀ ਗਾਰਡ ਜਿਹੜੇ ਨੇ ਉਹ ਫੜ ਕੇ ਹੱਥਾਂ ਉੱਤੋਂ ਤੋਂ ਲਾਉਂਦੇ ਨੇ ਬਾਬੇ ਬਾਦਲ ਤੋਂ ਲੈ ਕੇ ਤਾਂ ਉਹ ਸਾਡੇ ਪਿੰਡਾਂ 'ਚ ਨਾ ਆਉਣ ਹੁਣ, ਕਿਉਂਕਿ ਅਸੀਂ ਪਿੰਡਾਂ ਦੇ ਲੋਕ ਹਾਂ ਕਸਬਿਆਂ ਦੇ ਲੋਕ ਹਾਂ ਜਿਨ੍ਹਾਂ ਨੇ ਕਦੇ ਕਿਸੇ ਦੀ ਮਿਹਨਤ ਨਹੀਂ ਕੀਤੀ ਕਿਸੇ ਕਰਕੇ। ਨਾ ਸਾਨੂੰ ਤਰੱਕੀਆਂ ਦੀ ਲੋੜ ਆ, ਨਾ ਸਾਨੂੰ ਤਰੱਕੀਆਂ ਦੇ ਕਰਕੇ ਕਿਸੇ ਦੇ ਪੈਰੀ ਹੱਥ ਲਾਉਣ ਦੀ ਲੋੜ ਆ। ਅਸੀਂ ਜੋ ਵੀ ਕਮਾਉਣਾ ਆਪਣੀ ਮਿਹਨਤ ਨਾਲ ਕਮਾਉਣਾ, ਔਰ ਸਾਨੂੰ ਆਪਣੀ ਮਿਹਨਤ ਉੱਤੇ ਪੂਰਾ ਵਿਸ਼ਵਾਸ ਆ। ਇੱਥੋਂ ਤਾਂ ਬੈਰੀਕੇਡ ਲਾ ਰਹੇ ਨੇ ਨਾ, ਅਸੀਂ ਫਿਰ ਪਾਥੀਆਂ ਦੇ ਬੈਰੀਕੇਡ ਲਾਵਾਂਗੇ, ਸਾਡੇ ਕੋਲ ਤਾਂ ਫਿਰ ਮਜ਼ਾ ਦਾ ਗੋਹਾ ਹੀ ਹੁੰਦਾ। ਠੀਕ ਹੈ ਨਾ, ਉਹਦੇ ਨਾਲ ਚਾਹੇ ਇਹਨਾਂ ਨੂੰ ਅੱਗ ਲਾ ਦਈਏ ਚਾਹੇ ਫਿਰ ਇਹਨਾਂ ਨੂੰ ਚਮਕਾ ਦਈਏ, ਕਿਉਂਕਿ ਦੋਵੇਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਜਾਂ ਜਿਉਣਾ ਜਾਂ ਮਰਨਾ। ਤਾਂ ਬੇਗੈਰਤ ਦੀ ਜ਼ਿੰਦਗੀ ਨਾਲੋਂ ਮੈਨੂੰ ਲੱਗਦਾ ਅਰਥ ਨਾਲ ਮਰਨਾ ਜ਼ਿਆਦਾ ਬਿਹਤਰ ਆ। ਧੰਨਵਾਦ। ਗੁਰੂ ਪਿਆਰਿਓ, ਬਿਲਕੁਲ ਸਹੀ ਗੱਲ ਹੈ। ਅਗਰ ਅਸੀਂ ਕਿਸੇ ਵੀ ਧਾਰਮਿਕ ਅਹੁਦੇ ਤੇ ਆ, ਸਿਆਸੀ ਅਹੁਦੇ ਤੇ ਆ ਜਾਂ ਸਰਕਾਰੀ ਅਹੁਦੇ ਤੇ ਆ, ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬਣਾਏ ਹੋਏ ਅਸੂਲ ਕਦੀ ਨਾ ਤੋੜੀਏ, ਅਸੀਂ ਆਪਣੀ ਮਰਿਆਦਾ ਤੋਂ ਕਦੇ ਬਾਹਰ ਨਾ ਜਾਈਏ। ਜਿਸ ਨੂੰ ਅਸੀਂ ਮਾਂ ਕਹਿੰਦੇ ਆ, ਭੈਣ ਕਹਿੰਦੇ ਆ, ਪਤਨੀ ਆਖਦੇ ਆ, ਧੀ ਆਖਦੇ ਆ, ਜੇਕਰ ਉਹ ਸਾਡੀਆਂ ਨੇ ਤਾਂ ਦੂਜਿਆਂ ਦੀਆਂ ਵੀ ਸਾਨੂੰ ਆਪਣੀਆਂ ਸਮਝਣੀਆਂ ਚਾਹੀਦੀਆਂ ਨੇ। ਤੇ ਸਿਰਫ ਤੇ ਸਿਰਫ ਸਿਆਸੀ ਧਿਰਾਂ ਦਾ ਹੱਥ ਠੋਕਾ ਬਣ ਕੇ ਜਾਂ ਰਸੂਖਦਾਰਾਂ ਦੇ ਪਿੱਛੇ ਲੱਗ ਕੇ ਸਾਨੂੰ ਅਜਿਹਾ ਕਦੇ ਵੀ ਨਹੀਂ ਕਰਨਾ ਚਾਹੀਦਾ ਕਿ ਕਿਸੇ ਵੀ ਧੀ ਭੈਣ ਦੇ ਉੱਤੇ ਅਸੀਂ ਉਂਗਲ ਚੱਕੀਏ ਜਾਂ ਉਸਦੇ ਹੱਥ ਚੱਕਿਆ ਜਾਵੇ। ਤੇ ਜੇਕਰ ਅਜਿਹਾ ਕਿਸੇ ਵੀ ਕੰਡੀਸ਼ਨ ਦੇ ਵਿੱਚ ਕੀਤਾ ਜਾਂਦਾ ਹੈ, ਉਹ ਗਲਤ ਹੀ ਠਹਿਰਾਇਆ ਜਾਏਗਾ। ਇਸ ਕਰਕੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਇਲਜ਼ਾਮ ਉਹਨਾਂ ਉੱਤੇ ਕਦੇ ਵੀ ਨਾ ਲੱਗਣ। ਇਸ ਚੀਜ਼ ਦਾ ਬਾਖੂਬੀ ਉਹ ਅੱਗੇ ਤੋਂ ਧਿਆਨ ਰੱਖਣ, ਅਤੇ ਅਗਰ ਕਿਤੇ ਵੀ ਕੋਈ ਵੀ ਮਹਿਲਾ ਪ੍ਰਦਰਸ਼ਨ ਕਰ ਵੀ ਰਹੀ ਹੋਵੇ ਤੇ ਜੇਕਰ ਉਹ ਲੱਗਦਾ ਹੈ ਕਿ ਗੈਰ ਕਾਨੂੰਨੀ ਹੈ ਜਾਂ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ, ਤਾਂ ਉਸ ਮਹਿਲਾ ਨੂੰ ਮਹਿਲਾ ਪੁਲਿਸ ਅਫਸਰਾਂ ਵੱਲੋਂ ਹੀ ਕਾਬੂ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਪੁਰਸ਼ ਵੱਲੋਂ। ਤੁਸੀਂ ਇਸ ਸਾਰੇ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।